अगर आपने हमारे चैनल को सब्सक्राइब नहीं किया है तो इसे सब्सक्राइब कर लें। सोशल साइट फेसबुक के माध्यम से गिद्दरबाहा के एक एडवोकेट की ओर से मार्केट कमेटी गिद्दरबाहा के ही सुपरवाइजर पर अनाज मंडी में गेहूं की ट्रालियां दाखिल करने के एवज में कथित रुपयों की रिश्वत मांगने के गंभीर आरोप लगाने की एक वीडियो वायरल हो रही है। इस संबंध में एडवोकेट सिंकत सिंह मान ने पत्रकारों से भी बातचीत में भी उनकी ओर से मार्केट कमेटी गिद्दरबाहा के सुपरवाइजर को आड़े हाथों लेते हुए उनके खिलाफ सख्त कार्यवाही करते हुए निलंबित करने की मांग की, जबकि दूसरी ओर सुपरवाइजर व मार्केट कमेटी के सचिव ने सभी आरोपों को बेबुनियाद बताया है। इसके साथ ही मार्केट कमेटी सचिव का कहना था कि उनकी ओर से सारी रिपोर्ट बनाकर एसडीएम गिद्दरबाहा को जांच के लिए भेजी जा रही है, जिसके बाद उचित कार्यवाही की जाएगी। ਸਿਕੰਦਰ ਸਿੰਘ ਮਾਨ ਐਡਵੋਕੇਟ ਜੀ, ਕੀ ਮਾਮਲਾ ਕੀ ਹੈ ਜੀ? ਇਹ ਮਾਮਲਾ ਇਹ ਹੈ ਜੀ, 16 ਤਰੀਕ ਨੂੰ ਅਸੀਂ ਕਣਕ ਲੈ ਕੇ ਆਏ ਸੀਗੇ ਗਿੱਦੜਬਾਹਾ ਮੰਡੀ ਦਾਣਾ ਮੰਡੀ ਦੇ ਵਿੱਚ। ਸਾਡੇ ਕੋਲੇ 5 ਪਾਸ ਸੀਗੇ। ਅਸੀਂ ਜਦੋਂ ਟਰਾਲੀਆਂ ਲੈ ਕੇ ਆਏ, ਮੇਰੇ ਬ੍ਰਦਰ ਅੱਗੇ ਟਰਾਲੀਆਂ ਲੈ ਕੇ ਆਏ ਤੇ ਉੱਥੇ ਮੁਕਸਰ ਕੱਢਿਆ ਇਹਨਾਂ ਨੇ। 12.5 ਮੁਕਸਰ ਆਇਆ ਟਰਾਲੀਆਂ ਸਾਰੀਆਂ ਦਾ ਹੀ। ਟਰਾਲੀਆਂ ਸਾਈਡ ਤੇ ਲਵਾਤੀਆਂ ਇਹਨਾਂ ਨੇ। ਮੇਰੇ ਬ੍ਰਦਰ ਦਾ ਮੈਨੂੰ ਫੋਨ ਆਇਆ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਮੈਂ ਆਉਣਾ, ਤੁਸੀਂ ਇੱਥੇ ਇੱਕ ਵਾਰੀ ਟਰਾਲੀਆਂ ਰੋਕ ਦਿਓ। ਟਰਾਲੀਆਂ ਉਹਨਾਂ ਨੇ ਰੋਕ ਦਿੱਤੀਆਂ। ਉਸ ਤੋਂ ਬਾਅਦ ਮੈਂ ਉੱਥੇ ਚਲਾ ਗਿਆ। ਉੱਥੇ ਮੇਰੇ ਨਾਲ ਦੋਸਤ, ਮੇਰੇ ਐਡਵੋਕੇਟ ਨਾਰਾਇਣ ਸਿੰਗਲਾ, ਐਡਵੋਕੇਟ ਦੇਵਨ ਮੰਜਾਲ ਵੀ ਉੱਥੇ ਆ ਗਏ। ਸਾਡੇ ਉੱਥੇ ਪਹੁੰਚਦੇ 2 ਟਰਾਲੀਆਂ ਉੱਥੇ ਹੋਰ ਆ ਗਈਆਂ ਨੇ ਜ਼ਿਮੀਂਦਾਰ ਦੀਆਂ। ਉਹਨਾਂ ਦਾ ਮੁਕਚਰ ਸਾਡੇ ਬਿਲਕੁਲ ਸਾਹਮਣੇ ਕੱਢਿਆ। ਇੱਕ ਟਰਾਲੀ ਦਾ ਮੁਕਚਰ 12.7 ਸੀ, ਇੱਕ ਦਾ ਮੁਕਚਰ 12.8 ਸੀ। ਉਹ ਟਰਾਲੀਆਂ ਵੀ ਸਾਈਡ 'ਤੇ ਲਗਾ ਦਿੱਤੀਆਂ ਗਈਆਂ। 10 ਮਿੰਟਾਂ ਬਾਅਦ ਉੱਥੇ ਇੱਕ ਪੁਲਿਸ ਅਫਸਰ ਆਇਆ, ਪੁਲਿਸ ਵਾਲਾ। ਮੈਨੂੰ ਨਹੀਂ ਪਤਾ ਕੌਣ ਸੀ ਕੌਣ ਨਹੀਂ। ਉਹ ਬੰਦਾ ਅੰਦਰ ਗਿਆ। 10 ਮਿੰਟਾਂ ਬਾਅਦ ਉਹਨੇ ਆਪਣੇ ਡਰਾਈਵਰ ਨੂੰ ਇਸ਼ਾਰਾ ਮਾਰਿਆ ਕਿ ਤੁਸੀਂ ਟਰਾਲੀਆਂ ਅੰਦਰ ਲੈ ਚਲੋ। ਉਹ ਜਿਹੜੀਆਂ 12.7 ਔਰ 12.8 ਮੁਕਚਰ ਵਾਲੀਆਂ ਟਰਾਲੀਆਂ, ਦੋਨੇ ਟਰਾਲੀਆਂ ਅੰਦਰ ਚਲੀਆਂ ਗਈਆਂ। ਉਸ ਤੋਂ ਬਾਅਦ ਮੈਂ ਅਤੇ ਮੇਰੇ ਦੋਸਤ ਐਡਵੋਕੇਟ ਨਾਰਾਇਣ ਸਿੰਗਲਾ ਅਸੀਂ ਅੰਦਰ ਗਏ। ਅੰਦਰ ਬਲਜੀਤ ਸਿੰਘ ਨਾਮ ਦਾ ਇੱਕ ਬੰਦਾ ਬੈਠਾ ਸੀ। ਅਸੀਂ ਉਹਦੇ ਨਾਲ ਗੱਲ ਕੀਤੀ। ਅਸੀਂ ਕਿਹਾ, ਯਾਰ 2 ਟਰਾਲੀਆਂ ਤੁਸੀਂ ਜਿਹੜੀਆਂ 12.7 ਔਰ 12.8 ਵਾਲੀਆਂ ਅੰਦਰ ਟਪਾਈਆਂ, ਸਾਡਾ 12.5 ਆ, ਸਾਡਾ ਕਿਉਂ ਨਹੀਂ ਜਾਣ ਦਿੰਦੇ ਗੇ? ਕਹਿੰਦੇ ਜੀ, ਬਲਜੀਤ ਸਿੰਘ ਦੀ ਵਰਡਿੰਗ ਸੀ ਇਹ। ਬਲਜੀਤ ਸਿੰਘ ਕਹਿੰਦਾ, ਕਹਿੰਦੇ ਜੀ ਇਹ ਨਹੀਂ ਜਾਊਗੀ ਕਣਕ। ਅਸੀਂ ਕਿਹਾ, ਫਿਰ ਕਿਵੇਂ ਜਾਊਗੀ? ਕਹਿੰਦਾ ਜੀ ਲੈ ਦੇ ਕੇ ਕਰ ਲੈਂਦੇ ਹਾਂ, 1,000 ਰੁਪਇਆ ਟਰਾਲੀ ਦਾ ਚੱਲਦਾ, ਬਾਕੀ ਤੁਸੀਂ ਦੇਖ ਲਓ। ਅਸੀਂ ਉਹਨੂੰ ਦੱਸਿਆ ਸੀਗਾ ਅਸੀਂ ਵਕੀਲ ਹਾਂ ਯਾਰ। ਜਦੋਂ ਅਸੀਂ ਉਹਨੂੰ ਉਸ ਬੰਦੇ ਨੂੰ ਅਸੀਂ ਇਹ ਗੱਲ ਦੱਸੀ ਕਿ ਅਸੀਂ ਵਕੀਲ ਹਾਂ ਦੋਨੇ, ਇੱਕ ਸਾਡੇ ਨਾਲ ਹੋਰ ਵਕੀਲ ਹੈ, ਸਾਡੇ ਬਾਰ ਪ੍ਰਧਾਨ ਐਡਵੋਕੇਟ ਹਰਦੀਪ ਸਿੰਘ ਪੰਘਾਲ, ਮੈਂ ਉਹਨਾਂ ਨਾਲ ਗੱਲ ਕਰਾਉਣ ਦੀ ਕੋਸ਼ਿਸ਼ ਕੀਤੀ। ਉਹ ਬੰਦਾ ਇਮੀਡੀਏਟ ਉਸ ਟਾਈਮ ਹੀ ਉਹ ਆਪਣੇ ਬਿਆਨ ਤੋਂ ਮੁੱਕਰ ਗਿਆ। ਕਹਿੰਦਾ ਜੀ ਮੈਂ ਪੈਸੇ ਲੈਣੇ ਨਹੀਂਗੇ। ਉਸ ਤੋਂ ਬਾਅਦ ਕੀ ਹੈ, ਕਹਿੰਦਾ ਤੁਸੀਂ ਅੱਜ ਕਣਕ ਲੈ ਜਾਓ, ਸਵੇਰੇ ਤੁਹਾਡਾ ਮੈਂ ਕੋਈ ਨਾ ਕੋਈ ਜੁਗਾੜ ਕਰ ਦੂੰਗਾ। ਮੈਂ ਪੰਘਾਲ ਸਾਹਿਬ ਨਾਲ ਗੱਲ ਕਰਾਉਣ ਦੀ ਕੋਸ਼ਿਸ਼ ਕੀਤੀ। ਉਹ ਬੰਦੇ ਨੇ ਬਹੁਤ ਰਿਊਡ ਬੋਲਿਆ ਸਾਨੂੰ। ਉਸ ਤੋਂ ਬਾਅਦ ਮੈਂ ਹੈਂਡ ਫਰੀ ਕਰਕੇ ਧੱਕੇ ਨਾਲ ਗੱਲ ਕਰਾਈ, ਉਹਨੇ ਪੰਘਾਲ ਸਾਹਿਬ ਨੂੰ ਜਵਾਬ ਦਿੱਤਾ। ਅਸੀਂ ਟਰਾਲੀਆਂ ਵਾਪਸ ਲੈ ਗਏ। ਉਸ ਤੋਂ ਬਾਅਦ ਸਾਨੂੰ ਸਰਸਵਤੀ ਰਾਈਸ ਮਿਲ ਦੇ 4 ਪਾਸ ਮਿਲੇ। ਦਾਣਾ ਮੰਡੀ ਦੇ ਵਿੱਚ ਕਨਵਰਟ ਕੀਤਾ ਹੋਇਆ ਸ਼ੈਲਰ, ਉਸ ਨਾਲ ਤੋਂ ਬੁੱਟਾ ਰੋਡ ਤੇ ਪੈਂਦਾ। ਅਸੀਂ ਦੂਸਰੇ ਦਿਨ ਇੱਥੇ ਆਪਣੀਆਂ ਟਰਾਲੀਆਂ ਲੈ ਆਏ। ਐਡਵੋਕੇਟ ਸਾਹਿਬ, ਕੀ ਗੱਲਬਾਤ ਹੋਈ ਹੈ ਜਿਹੜੀ ਸਿਕੰਦਰ ਸਿੰਘ ਮਾਨ ਕੋਲ ਇਲਜ਼ਾਮ ਲਗਾ ਰਹੇ ਨੇ ਕਮੇਟੀ ਅਧਿਕਾਰੀਆਂ ਦੇ ਉੱਤੇ? ਬਿਲਕੁਲ ਸਹੀ ਇਲਜ਼ਾਮ ਹੈ ਜੀ ਉਹ। ਮੈਨੂੰ 16 ਤਰੀਕ ਨੂੰ ਬਾਈ ਦਾ ਫੋਨ ਆਇਆ, ਮੈਂ ਤੇ ਇੱਕ ਸਾਡੇ ਵਕੀਲ ਭਰਾ ਹੋਰ ਅਸੀਂ ਇਕੱਠੇ ਬੈਠੇ ਸੀਗੇ। ਅਸੀਂ ਗਏ ਹਾਂ, ਬਹੁਤ ਰਿਸਪੈਕਟਫੁਲੀ ਉਹਨਾਂ ਨਾਲ ਰਿਕੁਐਸਟ ਕੀਤੀ ਹੈ, ਪਰੰਤੂ ਉਹਨਾਂ ਦਾ ਮੇਨ ਮੋਟਿਵ ਪੈਸੇ ਲੈਣਾ ਹੀ ਸੀਗਾ। ਪੈਸੇ ਲੈਣ ਕਾਰਨ ਉਹਨਾਂ ਨੇ ਸਾਨੂੰ ਜਮ੍ਹਾਂ ਖੱਜਲ ਖੁਆਰ ਕੀਤਾ। ਜਦੋਂ ਪਤਾ ਲੱਗ ਗਿਆ ਵੀ ਵਕੀਲ ਹੈ, ਕੋਈ ਜੁਗਾੜ ਨਹੀਂ ਲੱਗਣਾ, ਫਿਰ ਉਹ ਆਪਦਾ ਜਵਾਬ ਰੁੱਖ ਹੀ ਬਦਲ ਗਏ। ਇੱਕ ਆੜਤੀਆ ਵੀ ਉਹਨਾਂ ਕੋਲ ਗਿਆ ਵੀ ਯਾਰ ਤੂੰ ਪਹਿਲਾਂ ਤਾਂ ਉਹ ਕਹਿੰਦੇ ਵੀ ਮੈਂ ਚੁਕਾ ਦੂੰਗਾ, ਐਸ ਡੀ ਐਮ ਸਾਹਿਬ ਨੂੰ ਜਾਵੜਿਆਂ ਤੋਂ ਕੋਈ ਜੁਗਾੜ ਜੱਪਾ ਲਾ ਦੂੰ। ਜਦੋਂ ਪਤਾ ਲੱਗਿਆ ਵਕੀਲ ਹੈ ਤਾਂ ਉਹ ਟੋਟਲੀ ਡਿਨਾਈ ਕਰ ਗਏ। ਉਹਦੇ ਸੰਬੰਧ ਵਿੱਚ 4 ਕਲੈਣੇ ਤੁਸੀਂ ਕਹਿਣੀਆਂ, ਬਾਲੀਆਂ ਵੀ ਨਹੀਂ ਕਹਿਣੀਆਂ। ਸਰ ਇੱਕ ਜਿਹੜੇ ਆਪਣੇ ਮੁਲਾਜ਼ਮ ਤੇ ਅੱਜ ਕੁਝ ਐਲੀਗੇਸ਼ਨ ਲੱਗ ਰਹੇ ਆ ਜੀ, ਕੀ ਇਹਦਾ ਮਤਲਬ ਹੈਗਾ ਜੀ? ਕੀ ਮਾਮਲਾ ਜੀ? ਉਹਦੇ ਚ ਮੈਂ ਜੀ ਵੀਡੀਓ ਦੇਖੀ ਹੈ, ਰਾਤ ਮੈਂ ਇੱਕ ਵੀਡੀਓ ਕਿਸੇ ਨੇ ਕੀਤੀ ਹੈ, ਉਹਦੇ ਚ ਕੀ ਵਾਇਰਲ ਕੀਤੀ ਹੈ ਔਰ ਬਿਲਕੁਲ ਉਹ ਬੇਬੁਨਿਆਦ ਹੈ, ਜਿਹਦੇ ਸੰਬੰਧ ਚ ਮੈਂ ਆਪਣੇ ਇੰਪਲਾਈਜ ਦਾ ਗਰੰਟੀ ਨਾਲ ਕਹਿ ਸਕਦਾ ਵੀ ਇਹ ਹੋ ਹੀ ਨਹੀਂ ਸਕਦਾ ਵੀ ਕਿਸੇ ਤੋਂ ਕੋਈ ਪੈਸੇ ਮੰਗੇ ਜਾਂ ਮਸਟ, ਕਿਉਂਕਿ ਖਰੀਦ ਏਜੰਸੀ ਨੇ ਕਰਨੀ ਹੈ ਨਾ ਕਿ ਮਾਰਕੀਟ ਕਮੇਟੀ ਨੇ। ਸਾਡਾ ਮਤਲਬ ਹੈ ਗਿੱਲੀ ਕਣਕ ਨਾ ਆਵੇ ਅਤੇ ਇਮੀਡੀਏਟਲੀ ਉਹ ਤੁਲ ਜੀ, ਕਿਉਂਕਿ ਗਿੱਲੀ ਕਣਕ ਅੰਦਰ ਚਲੀ ਗਈ ਤੁਹਾਨੂੰ ਤੁਲਣਾ ਨਹੀਂ, ਫਿਰ ਸਾਡੇ ਕੋਲ ਪ੍ਰੋਬਲਮ ਹੈ, ਲਿਮਿਟਡ ਬੰਦੇ ਇੱਥੇ ਆਉਣੇ ਨੇ ਇਹਦੇ ਕਰਕੇ, ਬਿਮਾਰੀ ਕਰਕੇ।
ਸੋ ਇਹ ਬੇਬੁਨਿਆਦ ਹੈ। ਮੈਂ ਇਹਦੇ ਸੰਬੰਧ 'ਚ ਮਾਣਯੋਗ ਐਸ ਡੀ ਐਮ ਸਾਹਿਬ ਨੂੰ ਮਿਲਿਆ ਜਾ ਕੇ ਔਰ ਉਹਨਾਂ ਨੂੰ ਬੇਨਤੀ ਕੀਤੀ ਕਿ ਤੁਸੀਂ ਇਨਕੁਆਇਰੀ ਕਰਾਓ ਔਰ ਜਿੱਥੇ ਉਹਦੀ ਕਣਕ ਪਈ ਹੈ ਮੈਂ ਉਹਦਾ ਲੈਟਰ ਵੀ ਐਸ ਡੀ ਐਮ ਸਾਹਿਬ ਨੂੰ ਭੇਜਣ ਲੱਗਿਆ ਕਿ ਕਿੰਨੇ ਮੋਇਸਚਰ ਵਾਲੀ ਉਹ ਪਈ ਹੈ ਔਰ ਮੈਂ ਬੇਨਤੀ ਕਰੂੰਗਾ ਕਿ ਉਹਦੇ ਵਿਰੁੱਧ ਬਣਦੀ ਕਾਰਵਾਈ ਪੜਤਾਲ ਕਰਾ ਕੇ ਕੀਤੀ ਜਾਵੇ। ਕਿੰਨਾ ਸੀ ਸਰ ਉਹਦਾ ਮੋਇਸਚਰਾਈਜ਼ਰ ਇਸ ਟਾਈਮ? ਉਹਦਾ 14.5 ਮੋਇਸਚਰ ਉਸ ਵੇਲੇ ਜਿੱਥੇ ਉਹਨੇ ਜਾ ਕੇ ਲਾਈ ਹੈ ਉਸ ਮੋਇਸਚਰ ਉਹਦਾ 14.5 ਉੱਥੇ ਨੋ ਦਾ ਦਰਜ ਹੈ ਉਸ ਵੇਲੇ ਵੀ ਉਹਦਾ 14.5 ਦਰਜ ਹੈ ਉੱਥੇ। ਲੇਕਿਨ ਜਿਹੜੇ ਬੰਦੇ ਕੰਪਲੇਂਟਡ ਹੈ ਉਹ ਇਹ ਕਹਿ ਰਹੇ ਆ ਵੀ ਉਹਨਾਂ ਦਾ 12.5 ਮੋਇਸਚਰ ਆਇਆ ਸੀਗਾ ਜਦੋਂ ਉਹਨਾਂ ਦੀ ਕਣਕ ਇੱਥੇ ਲਿਆਂਦੀ ਗਈ ਉਹਨਾਂ ਨੂੰ ਪਾਸ ਦਿੱਤੇ ਗਏ ਆ ਸ਼ੈਲਰਾਂ ਦੇ ਵਿੱਚ ਲਾਉਣ ਵਾਸਤੇ ਦੁਬਾਰਾ ਪਾਸ ਦਿੱਤਾ ਗਿਆ ਜਦੋਂ ਇੱਥੇ ਲੈ ਕੇ ਆਏ ਸੀ 12.5। ਬਿਲਕੁਲ ਕਿਸੇ ਨੂੰ ਪਾਸ ਸ਼ੈਲਰ ਦਾ ਜਾਂ ਇੱਥੋਂ ਦਾ ਜਨਰੇਟ ਦੁਬਾਰਾ ਨਹੀਂ ਹੋ ਸਕਦਾ। ਜੇ ਕਿਸੇ ਦਾ ਸ਼ੈਲਰ 'ਚ ਆਇਆ ਉਹ ਸ਼ੈਲਰ 'ਚ ਲਾਓ ਜੇ ਕਿਸੇ ਦਾ ਮੇਨ ਮੰਡੀ 'ਚ ਜੇ ਉਹ ਮੇਨ ਮੰਡੀ 'ਚ ਮੈਨੂੰ ਤਾਂ ਹੈਰਾਨੀ ਹੈ ਵੀ ਜੇ ਮੇਨ ਮੰਡੀ 'ਚ ਲਾਉਣ ਵਾਸਤੇ ਆਇਆ ਤਾਂ ਨੈਕਸਟ ਟਾਈਮ ਉਹ ਸ਼ੈਲਰ 'ਚ ਚਲਾ ਕਿਵੇਂ ਗਿਆ ਇਹਦੀ ਦੇਖੋ ਇਹਦੀ ਇਨਕੁਆਇਰੀ ਕਰਾਂਗੇ ਦੇਖਾਂਗੇ ਵੀ ਉਹ ਆੜਤੀ ਦੇ ਵੀ ਦੇਖਾਂਗੇ ਕਿਵੇਂ ਆਇਆ ਉਹਦੇ ਕੋਲ ਕਿਹੜੇ ਪਾਸ ਉਹਨੇ ਉੱਧਰ ਭੇਜੀ ਹੈ ਔਰ ਜਦੋਂ ਉਹ ਮੌਕੇ 'ਤੇ ਜਾ ਕੇ ਉੱਥੇ ਜਿਹੜੇ ਸਾਡੇ ਉੱਥੇ ਅਫੀਸਰਸ ਬੈਠੇ ਨੇ ਉਹਨਾਂ ਦੇ ਰਿਕਾਰਡ ਦੇ ਵਿੱਚ 14.5 ਦਰਜ ਹੈ ਔਰ ਇੱਥੇ ਵੀ 14.5 ਕਰਕੇ ਉਹਨੇ ਕਿਹਾ ਸੀ ਵੀ ਇਹ ਨਹੀਂ ਜਾ ਸਕਦੀ ਅੰਦਰ ਕਿਰਪਾ ਕਿਉਂਕਿ ਜਿਹੜਾ ਬਲਜੀਤ ਸਿੰਘ ਨਾ ਉਹ ਮੰਡੀ ਸੁਪਰਵਾਈਜ਼ਰ ਆ ਮਾਰਕੀਟ ਕਮੇਟੀ ਸਾਰੀ ਦਾ ਔਰ ਅੱਜ ਦੇ ਜਿਹੜੇ ਹਾਲਾਤਾਂ ਦੇ ਵਿੱਚ ਕਿਸੇ ਕੋਲ ਪਾਣੀ ਪੀਣ ਦਾ ਵੀ ਟਾਈਮ ਨਹੀਂ ਕਿਸੇ ਨੂੰ ਰੋਕ ਕੇ ਲੜਨਾ ਝਗੜਨਾ ਜਾਓ ਤਾਂ ਮਤਲਬ ਵੀ ਨਹੀਂ ਵੀ ਉਹ ਕਿਸੇ ਤੋਂ ਪੈਸੇ ਮੰਗਦਾ ਨਾਲੇ ਇਹ ਪੈਸੇ ਮੰਗਣ ਦਾ ਕਿਵੇਂ ਹੋ ਸਕਦਾ ਵੀ ਕਿਸੇ ਕਿਸਾਨ ਤੋਂ ਕੋਈ ਬੰਦਾ ਕੋਈ ਪੈਸੇ ਮੰਗ ਲਏ ਮੈਨੂੰ ਤਾਂ ਹੈਰਾਨੀ ਬਹੁਤ ਹੋਈ ਇਸ ਗੱਲ ਦੀ ਬੰਦੇ ਨੇ ਕਿਉਂ ਕੀਤੀ ਹੈ ਔਰ ਇਹਦੀ ਪੜਤਾਲ ਹੋ ਜਾਏਗੀ ਤੁਹਾਨੂੰ ਆਪੇ ਪਤਾ ਲੱਗ ਜੂ ਉਹਦੇ ਪਿੱਛੋਂ ਵੀ ਅਸਲ ਗੱਲ ਕੀ ਹੈ ਅਤੇ ਕੀ ਬੰਦਾ ਉਹ ਚਾਹੁੰਦਾ ਅਤੇ ਕੀ ਕਾਰਨ ਹੈ। ਸਰ ਮਾਮਲੇ ਸਮੇਂ ਜਦੋਂ ਟਰਾਲੀ ਆਈ ਹੈ ਉਸ ਟਾਈਮ ਦੇ ਉੱਤੇ ਤੁਹਾਡੇ ਕਮੇਟੀ ਰਜਿਸਟਰ ਦੇ ਵਿੱਚ ਦਰਜ ਕੀਤਾ ਜਾਂਦਾ ਜੀ ਕਿ ਕਿੰਨਾ ਮੋਇਸਚਰ ਆਇਆ ਸੀ ਅਸੀਂ ਵਾਪਸ ਕੀਤੀ ਹੈ? ਦੇਖੋ ਜਿਹੜੀਆਂ ਵਾਪਸ ਕਰਦੇ ਹਾਂ ਜਿਹੜੀ ਢੇਰੀ ਇੰਟਰ ਹੁੰਦੀ ਹੈ ਉਹਦਾ ਸਾਰੀਆਂ ਦਾ ਅਸੀਂ ਦਰਜ ਕਰਦੇ ਹਾਂ। ਜਿਹੜੀ ਕੋਈ ਵਾਪਸ ਕਰਦੇ ਹਾਂ ਜੇ ਗੇਟ ਤੋਂ ਬਾਹਰ ਉਹ ਵਾਪਸ ਕਰਤੀ ਦਰਜ ਵੀ ਹੋ ਸਕਦੀ ਹੈ ਹੋ ਸਕਦਾ ਉਹਨੂੰ ਬਾਹਰੋਂ ਮੋਇਸਚਰ ਚੈੱਕ ਕਰਕੇ ਉਹਨੂੰ ਵਾਪਸ ਕਰਤਾ ਵੀ ਇਹ ਰਿਕਾਰਡ ਨੂੰ ਮੈਨੂੰ ਦੇਖ ਕੇ ਪਤਾ ਲੱਗੂ ਉਹਦਾ ਇੱਥੇ ਕੀ ਨਾਂ 'ਤੇ ਹੈ ਕੀ ਬੰਦੇ ਕਿਉਂਕਿ ਮੈਨੂੰ ਤਾਂ ਬੰਦੇ ਦਾ ਨਾਮ ਨਹੀਂ ਪਤਾ। ਮੈਂ ਤਾਂ ਵਾਇਰਲ ਹੋਈ ਇੱਕ ਵੀਡੀਓ ਰਾਤ ਦੇਖੀ ਔਰ ਮੈਂ ਉਹਦੇ ਨਾਲ ਗੱਲ ਕੀਤੀ ਉਹਦੇ ਸੰਬੰਧ 'ਚ ਮੈਂ ਮਾਨਯੋਗ ਐਸ ਡੀ ਸਾਹਿਬ ਨੂੰ ਮਿਲਿਆ ਵੀ ਇਹ ਬਿਲਕੁਲ ਗਲਤ ਆ ਔਰ ਬੰਦੇ ਦੀ ਬੇਇੱਜ਼ਤੀ ਹੈ ਇਨਸਲਟ ਹੈ ਇੱਕ ਬੰਦੇ ਦੀ ਭਲੇ ਮਾਨਸੇ ਗਰੀਬ ਔਰ ਸ਼ਰੀਫ ਬੰਦਾ ਜਿਹੜਾ ਬੰਦੇ ਦੇ ਇਹਨੇ ਐਲੀਗੇਸ਼ਨ ਲਾਏ। ਗਿੱਦੜ ਬਾਹਾ ਸੇ ਸ਼ਕਤੀ ਜਿੰਦਲ ਕੀ ਰਿਪੋਰਟ। ਅਗਰ ਆਪਨੇ ਹਮਾਰੇ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਹੈ ਤੋ ਇਸੇ ਸਬਸਕ੍ਰਾਈਬ ਕਰ ਲੇ